ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਰਬਕ੍ਰਿਸ਼ਨ YouTube ਚੈਨਲ ਤੇ ਇਹ ਜਿਹੜੀ ਲੇਡੀ ਜੈਕਟ ਮੈਂ ਬਣਾ ਰਹੀ ਆ ਸਟੈਪ ਬਾਏ ਸਟੈਪ ਸਾਰੀ ਤੁਹਾਡੇ ਨਾਲ ਸਾਂਝੀ ਕਰ ਰਹੀ ਆ ਤੇ ਆਪਣੀ ਜਿਹੜੀ ਇਹ ਜੈਕਟ ਆ ਬਣ ਕੇ ਪੂਰੀ ਹੋ ਗਈ ਇਸ ਦੇ ਸਾਰੇ ਪਾਰਟ ਮੈਂ ਤੁਹਾਡੇ ਨਾਲ ਸਾਂਝੇ ਕਰ ਚੁੱਕੀ ਆ ਇਸ ਦਾ ਬਾਰਡਰ ਬਣਾਉਣਾ ਬਟਨ ਪੱਟੀ ਡਿਜ਼ਾਈਨ ਪਾਕਟ ਬਣਾਉਣਾ ਮੋਢਿਆਂ ਦੀ ਕਟਾਈ ਗੋਲ ਗਲਾ ਕਿਸ ਤਰ੍ਹਾਂ ਬਣਾਉਣਾ ਕਿਸ ਤਰ੍ਹਾਂ ਆਪਾਂ ਮੋਢਿਆਂ ਦੇ ਕੁੰਡੇ ਚੱਕਣੇ ਆ ਕਿਸ ਤਰ੍ਹਾਂ ਮੋਢੇ ਬਣਾਉਣੇ ਆ ਸਾਰੇ ਪਾਰਟ ਮੈਂ ਸਟੈਪ ਬਾਈ ਸਟੈਪ ਸਾਰੇ ਤੁਹਾਡੇ ਨਾਲ ਸਾਂਝੇ ਕਰ ਚੁੱਕੀ ਆ ਤੇ ਆਪਣੀ ਜੈਕਟ ਜਿਹੜੀ ਬਣ ਕੇ ਹੋ ਗਈ ਤਿਆਰ ਤੇ ਅੱਜ ਆਪਾਂ ਇਹਦੀ ਸਿਲਾਈ ਕਰਨੀ ਆ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਆ ਤਾਂ ਮੇਰੇ ਸਰਬ ਕ੍ਰੀਏਸ਼ਨ YouTube ਚੈਨਲ ਨੂੰ ਸਬਸਕ੍ਰਾਈਬ ਕਰਕੇ ਦੇ ਸਾਰੇ ਪਾਰਟ ਤੁਸੀਂ ਦੇਖ ਸਕਦੇ ਆ ਤੇ ਅੱਜ ਆਪਾਂ ਇਸ ਜੈਕਟ ਦੀ ਸਿਲਾਈ ਕਰਾਂਗੇ ਵੈਸੇ ਤਾਂ ਸਿਲਾਈ ਕਰਨੀ ਬਹੁਤ ਹੀ ਜ਼ਿਆਦਾ ਆਸਾਨ ਹੁੰਦੀ ਹੈ ਆਪਾਂ ਕਿਸੇ ਵੀ ਤਰੀਕੇ ਨਾਲ ਜਿਵੇਂ ਆਪਾਂ ਨੂੰ ਸਲਾਈ ਕਰਨੀ ਜਿਹੜੀ ਸੌਖੀ ਲੱਗੇ ਆਪਾਂ ਕਰ ਸਕਦੇ ਆ ਪਰ ਫਿਰ ਵੀ ਮੈਂ ਤੁਹਾਨੂੰ ਦੱਸ ਦਿੰਨੀ ਆ ਕਿਉਂਕਿ ਮੈਨੂੰ ਇਸ ਤਰ੍ਹਾਂ ਹੁੰਦਾ ਹੈ ਵੀ ਜਿਹੜੀਆਂ ਮੇਰੀਆਂ ਭੈਣਾਂ ਨਾਵੀਆਂ ਉਹਨਾਂ ਨੂੰ ਕੋਈ ਮੁਸ਼ਕਲ ਨਾ ਆਵੇ ਕੁੰਡੇ ਪਾਉਣ ਤੋਂ ਲੈ ਕੇ ਬਾਰਡਰ ਬਣਾਉਣਾ ਸਲਾਈ ਤੱਕ ਮੈਂ ਸਾਰੇ ਪਾੜ ਤੁਹਾਡੇ ਨਾਲ ਸਾਂਝੇ ਕਰਦੀ ਆ ਪਹਿਲਾਂ ਵੀ ਜਿਹੜੀਆਂ ਮੈਂ ਜੈਕਟਾਂ ਬਣਾਈਆਂ ਸਾਰੇ ਪਾੜ ਤੁਹਾਡੇ ਨਾਲ ਸਾਂਝੇ ਕੀਤੇ ਆ ਕੁੰਡੇ ਪਾਉਣ ਤੋਂ ਲੈ ਕੇ ਸਲਾਈ ਤੱਕ ਤੇ ਇਹਦਾ ਵੀ ਅੱਜ ਆਪਾਂ ਜਿਹੜਾ ਕੈਸ ਤਰ੍ਹਾਂ ਮੈਂ ਜੈਕਟ ਦੀ ਸਲਾਈ ਕਰੂੰਗੀ ਅੱਜ ਮੈਂ ਤੁਹਾਡੇ ਨਾਲ ਸਾਂਝੀ ਕਰੂੰਗੀ ਤੇ ਚਲੋ ਫਿਰ ਸ਼ੁਰੂ ਕਰਦੇ ਆਪਾਂ ਸਲਾਈ ਕਰਨੀ ਜਦੋਂ ਆਪਾਂ ਸਲਾਈ ਕਰਨੀ ਆ ਆਪਾਂ ਦੇਖਣਾ ਹੈ ਜਿਹੜਾ ਪੈਸਤਰਾ ਦੋਨੇ ਸਿੱਧੇ ਪਾਸੇ ਵਿੱਚ ਕਰ ਲੈਣੇ ਤੇ ਇਸ ਤਰ੍ਹਾਂ ਆਪਾਂ ਉਲਟ ਪਾਸੇ ਤੋਂ ਸਲਾਈ ਕਰਨੀ ਆ ਉਦੋਂ ਆਪਾਂ ਇਹ ਦੇਖਣਾ ਹੈ ਵੀ ਜਿਹੜਾ ਆਪਣਾ ਡਿਜ਼ਾਈਨ ਹੈ ਡਿਜ਼ਾਈਨ ਨਾਲ ਆਪਾਂ ਡਿਜ਼ਾਈਨ ਮਿਲਾ ਕੇ ਕਰਨੀ ਆ ਸਲਾਈ ਕਈ ਵਾਰ ਕੀ ਹੁੰਦਾ ਵੀ ਆਪਾਂ ਇਸ ਤਰ੍ਹਾਂ ਸਲਾਈ ਕਰ ਲੈਣੀ ਹੈ ਜਿਹੜਾ ਆਪਣਾ ਡਿਜ਼ਾਈਨ ਹੁੰਦਾ ਉਹ ਉੱਪਰ-ਨੀਚੇ ਹੋ ਜਾਂਦਾ ਜਿਵੇਂ ਹੁਣ ਇੱਥੇ ਪੈਰਟ ਕਲਰ ਲੱਗਿਆ ਹੋਇਆ ਹੈ ਤਾਂ ਆਪਾਂ ਪੈਰਟ ਕਲਰ ਨੂੰ ਇਸ ਤਰ੍ਹਾਂ ਪੈਰਟ ਕਲਰ ਨਾਲ ਮਿਲਾ ਕੇ ਫਿਰ ਜਿਹੜਾ ਆਪਣਾ ਇਹ ਉੱਪਰ ਕਲਰ ਹੈ ਇਸ ਤਰ੍ਹਾਂ ਫਿਰ ਇਸ ਤਰ੍ਹਾਂ ਫਿਰ ਇਸ ਤਰ੍ਹਾਂ ਇਸ ਤਰ੍ਹਾਂ ਆਪਾਂ ਸਲਾਈ ਕਰਾਂਗੇ

होर थ्रैड लगा लेंगे आप सिलाई करनी शुरू करांगे ਜਿਹੜਾ ਆਪਣਾ ਇਹ ਥ੍ਰੈਡ ਆਪ ਇਸ ਤਰ੍ਹਾਂ ਵਿੱਚ ਕਰਦੇ ਜਾਵਾਂਗੇ ਪਹਿਲਾਂ ਆਪ ਇੱਥੇ ਪੱਕਾ ਕਰ ਲਾਂਗੇ ਇੱਥੇ ਇੱਕ ਵਾਰ ਹੋਰ ਆਪਾਂ ਇਸ ਤਰ੍ਹਾਂ ਨੋਡ ਲਗਾ ਲਾਂਗੇ ਇਸ ਤਰ੍ਹਾਂ ਕਰਕੇ ਹੁਣ ਇੱਥੇ ਨੋਟ ਲਗਾਉਣ ਤੋਂ ਬਾਅਦ ਹਾਂ ਜਿਹੜੀ ਆਪਣੀ ਇਧਰਲੀ ਉੱਪਰਲੀ ਚੈਨ ਅਤੇ ਇਧਰ ਉੱਪਰਲੀ ਚੈਨ ਇਧਰੋਂ ਵੀ ਉੱਪਰਲੀ ਚੈਨ ਅਠਾਵਾਂਗੇ ਤੇ ਇਧਰੋਂ ਵੀ ਇਸ ਤਰ੍ਹਾਂ ਕਰਕੇ ਫਿਰ ਉਸੇ ਤਰ੍ਹਾਂ ਬਹੁਤ ਹੀ ਸੌਖੇ ਤਰੀਕੇ ਨਾਲ ਆਪਣੀ ਇਸ ਤਰ੍ਹਾਂ ਸਲਾਈ ਹੋ ਜਾਂਦੀ ਹੈ ਡਿਜ਼ਾਈਨ ਨੂੰ ਜਿਹੜਾ ਆਪਾਂ ਡਿਜ਼ਾਈਨ ਨਾਲ ਇਸ ਤਰ੍ਹਾਂ ਮਿਲਾ ਲੈਣਾ ਤਾਂ ਜੋ ਜਿਹੜਾ ਆਪਣਾ ਡਿਜ਼ਾਈਨ ਉੱਪਰ نیچے ਨਾ ਹੋਵੇ ਕੋਈ ਵੀ ਆਪਾਂ ਜੈਕਟ ਬਣਾਉਂਦੇ ਆਂ ਸਵੈਟਰ ਬਣਾਉਂਦੇ ਆਂ ਜੇਕਰ ਆਪਾਂ ਸਲਾਈ ਜਿਹੜੀ ਆਪਾਂ ਸੋਹਣੀ ਕਰਾਂਗੇ ਵਧੀਆ ਕਰਾਂਗੇ ਤਾਂ ਜਿਹੜਾ ਆਪਣਾ ਸਵੈਟਰ ਜਾਂ ਜੈਕਟ ਆ ਉਹ ਵਧੀਆ ਲੱਗਦੀ ਏ ਕਈ ਵਾਰ ਆਪਣੀ ਸਲਾਈ ਜਿਹੜੀ ਵਧੀਆ ਨਹੀਂ ਹੁੰਦੀ ਇਸ ਤਰ੍ਹਾਂ ਜਦੋਂ ਆਪਾਂ ਸਲਾਈ ਕਰਾਂਗੇ ਤਾਂ ਬਹੁਤ ਹੀ ਵਧੀਆ ਹੁੰਦੀ ਹੈ ਬਹੁਤ ਹੀ ਸੌਖੇ ਤਰੀਕੇ ਨਾਲ ਤੇ ਵਧੀਆ ਇਸ ਤਰ੍ਹਾਂ ਐਸੀ ਤਰ੍ਹਾਂ ਸਲਾਈ ਕਰਦੀ ਹੋਈ ਮੈਂ ਮੋੜੇ ਤੱਕ ਜਿਹੜੀ ਸਿਲਾਈ ਕਰ ਲੈਣੀ ਹੈ ਇਸ ਤਰ੍ਹਾਂ ਕਲਰ ਨੂੰ ਕਲਰ ਨਾਲ ਮਿਲਾ ਕੇ ਜਿਹੜੇ ਆਪਣੇ ਇਸ ਤਰ੍ਹਾਂ ਥ੍ਰੈਡ ਹੈ ਇਹ ਕੱਟ ਦਾਂਗੇ ਆਪਾਂ ਐਸੀ ਤਰ੍ਹਾਂ ਮੈਂ ਇਥੇ ਮੋੜੇ ਤੱਕ ਸਿਲਾਈ ਕਰ ਲੈਣੀ। ਹੁਣ ਸਿਲਾਈ ਕਰਦੀ ਹੋਈ ਮੈਂ ਇਸ ਤਰ੍ਹਾਂ ਮੋੜੇ ਤੱਕ ਆ ਗਈ ਤੇ ਮੋੜੇ ਤੱਕ ਆਪ ਐਸੀ ਤਰ੍ਹਾਂ ਹੀ ਸਿਲਾਈ ਕਰ ਲੈਣੀ ਹੈ। ਹੁਣ ਆਪਾਂ ਜਿਹੜਾ ਆਪਣਾ ਇਹ ਥ੍ਰੈਡ ਹੈ ਤੇ ਇਹਨਾਂ ਦੀ ਆਪਾਂ ਲਗਾ ਦੇਣੀ ਨੋਟ ਇਸ ਤਰ੍ਹਾਂ। ਇਸ ਤਰ੍ਹਾਂ ਕਰਕੇ ਨਾ ਪੈ ਥ्रेड ਕੱਟ ਲੈਣਾ ਇਸ ਤਰ੍ਹਾਂ ਇਹ ਦੋਨੇ ਥ्रेड ਆਪਾਂ ਇਸ ਤਰ੍ਹਾਂ ਕਰੋਸ਼ੀ ਦੇ ਨਾਲ ਵਿੱਚ ਕਰਦੇ ਨੇ ਇਸ ਤਰ੍ਹਾਂ ਕਰਕੇ ਉੱਪਰਲੇ ਕੁੰਡੇ ਇਸ ਤਰ੍ਹਾਂ ਚੱਕ ਕੇ ਆਪਾਂ ਥੋੜੇ ਜਿਹਾ ਹੋਰ ਇਸ ਤਰ੍ਹਾਂ ਵਿੱਚ ਕਰ ਦੇਵਾਂਗੇ ਤੇ ਹੁਣ ਆਪਾਂ ਜਿਹੜਾ ਥ੍ਰੈਡ ਹੈ ਇਹ ਕੱਟ ਦੇਾਂਗੇ ਬਾਦੂ ਤੇ ਇਸ ਤਰ੍ਹਾਂ ਆਪਣੀ ਇੱਕ ਪਾਸੇ ਦੀ ਸਿਲਾਈ ਜਿਹੜੀ ਹੋ ਗਈ ਐਸ ਤਰ੍ਹਾਂ ਸਿਲਾਈ ਹੋਈ ਹੈ ਆਪਣੀ ਸਿੱਧੇ ਪਾਸੇ ਤੋਂ ਦੇਖ ਕੇ ਬਿਲਕੁਲ ਵੀ ਪਤਾ ਨਹੀਂ ਲੱਗਦਾ ਵੀ ਆਪਾਂ ਸਿਲਾਈ ਕਿ ਕਿਹੜੀ ਜਿਹੜੀ ਆਪਣੀ ਸਿਲਾਈ ਹੈ ਉਹ ਕਿਸ ਤਰ੍ਹਾਂ ਕੀਤੀ ਹੈ ਡਿਜ਼ਾਈਨ ਨਾਲ ਡਿਜ਼ਾਈਨ ਉਸੇ ਤਰ੍ਹਾਂ ਮਿਲਿਆ ਹੋਇਆ ਹੈ ਇਸ ਤਰ੍ਹਾਂ ਇਸੇ ਤਰ੍ਹਾਂ ਮੈਂ ਦੂਜੇ ਪਾਸੇ ਦੀ ਸਿਲਾਈ ਕਰ ਲਈ ਤੇ ਹੁਣ ਆਪਾਂ ਜੇਬਾਂ ਦੀ ਸਿਲਾਈ ਕਰਾਂਗੇ ਇੱਕ ਪਾਸੇ ਤਾਂ ਮੇਰੀ ਇਸ ਤਰ੍ਹਾਂ ਸਿਲਾਈ ਕੀਤੀ ਹੋਈ ਹੈ ਦੂਸਰੇ ਪਾਸੇ ਥੋੜੀ ਤੁਹਾਨੂੰ ਸਿਲਾਈ ਕਰਕੇ ਦਿਖਾਉਣੀ ਹੈ ਵੀ ਕਿਸ ਤਰ੍ਹਾਂ ਆਪਾਂ ਇਹ ਪਾਕਟ ਦੀ ਸਿਲਾਈ ਜਿਹੜੀ ਕਰਨੀ ਹੁਣ ਆਪਾਂ ਜਿਹੜਾ ਸੂਈ ਵਿੱਚ ਥ੍ਰੈਡ ਜਿਹੜਾ ਪਾ ਲਿਆ

फिर इधरों चैन वाला इस तरह जो आपकेट की सिलाई करनी है तो आप थोड़ी जी टेढ़ी सूई भरनी है इस तरह इस तरह कर बहुत सोहनी सिलाई है उपरों कुंडा चक के इस तरह फिर इस तरह उपरों कुंडा चक के इस तरह ਇਦਰੋਂ ਗੁੰਡਾ ਚੱਕਣਾ ਇਦਰੋਂ ਇਸੇ ਤਰ੍ਹਾਂ ਆਪਾਂ ਇੱਥੋਂ ਤੱਕ ਸਿਲਾਈ ਕਰ ਲੈਣੀ ਹੈ ਤੇ ਇੱਥੇ ਆਪਾਂ ਬਾਅਦ ਚ ਨੋਟ ਲਗਾ ਦੇਣੀ ਹੈ ਇਸ ਤਰ੍ਹਾਂ ਹੁਣ ਆਪਣੀ ਪਾਕਟ ਦੀ ਸਿਲਾਈ ਹੋ ਗਈ ਤੇ ਜੈਕਟ ਦੀ ਸਿਲਾਈ ਹੋ ਗਈ ਦੋਨੋਂ ਪਾਕਟ ਦੀ ਸਿਲਾਈ ਕਰ ਲਈ ਆਪਾਂ ਇਸ ਤਰ੍ਹਾਂ ਤੇ ਦੋਨੋਂ ਪਾਸੇ ਆਪਾਂ ਜੈਕਟ ਦੀ ਸਿਲਾਈ ਕਰ ਲਈ ਲਓ ਜੀ ਜੈਕਟ ਆਪਣੀ ਬਣ ਕੇ ਹੋ ਗਈ ਤਿਆਰ ਸਿਲਾਈ ਵੀ ਹੋ ਗਈ ਜੇਕਰ ਤੁਹਾਨੂੰ ਮੇਰੇ ਜਿਹੜਾ ਸਲਾਈ ਕਰਨ ਦਾ ਤਰੀਕਾ ਵਧੀਆ ਲੱਗਿਆ ਹੋਵੇ ਤਾਂ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਆ ਤਾਂ ਮੇਰੇ ਸਰਬਕ੍ਰਿਸ਼ਨ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਧੰਨਵਾਦ